ਦੇਖੋ ਸਿਰਸਾ ਸਾਹਿਬ ਦਾ ਤਾਂ ਇੱਕੋ ਕੰਮ ਹੈਗਾ ਕਿ ਉਹਨੇ ਆਪਣੇ ਆਕਾਵਾਂ ਨੂੰ ਕਿੱਦਾਂ ਖੁਸ਼ ਕਰਨਾ। ਮੈਂ ਪੁੱਛਣਾ ਚਾਹੁੰਦਾ ਵਾਂ ਕਿ ਅੱਜ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕੀ ਕਹਿੰਦੇ ਹਾਂ, ਗੁਜਰਾਤੀ ਨੇ, ਅਤੇ ਮੈਨੂੰ ਕੀ ਕਿਹਾ ਜਾਏਗਾ, ਮੈਂ ਪੰਜਾਬੀ ਹਾਂ। ਇਹਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਭਾਰਤੀ ਨਹੀਂ ਹਾਂ। ਗੁਜਰਾਤ ਕਿੱਥੇ ਹੈ? ਭਾਰਤ 'ਚ ਹੈ। ਪੰਜਾਬ ਕਿੱਥੇ ਹੈ? ਭਾਰਤ 'ਚ ਹੈ। ਇਸ ਕਰਕੇ ਬੇਲੋੜੀ ਕੰਟਰੋਵਰਸੀ ਕਰਨੀ, ਤੁਸੀਂ ਐਪਰੀਸ਼ੀਏਟ ਕਰੋ ਕਿ ਇੱਕ ਬੱਚਾ ਪੰਜਾਬ ਦਾ, ਇੱਕ ਬੱਚਾ ਜਿਹੜਾ ਹਿੰਦੁਸਤਾਨ ਦਾ, ਉਸਨੇ ਜਾ ਕੇ ਪੂਰਾ ਸਟੇਡੀਅਮ ਉਹਦੇ ਨਾਂ ਦੇ ਉੱਤੇ ਭਰ ਜਾਂਦਾ। ਦੁਨੀਆ 'ਚੋਂ ਅੱਜ ਪੰਜਾਬੀਅਤ ਦੀ ਚੜ੍ਹਦੀ ਕਲਾ ਕਰਦਾ ਪਿਆ। ਮੈਂ ਸਮਝਦਾ ਵਾਂ ਬੇਲੋੜੀ ਕੰਟਰੋਵਰਸੀ ਕਰਦੇ ਨੇ, ਗਲਤ ਕਰਦੇ ਨੇ, ਆਪਣੇ ਮਾਲਕਾਂ ਨੂੰ ਖੁਸ਼ ਕਰਨ ਦੀ ਗੱਲ ਕਰਦੇ ਨੇ, ਤੱਥਾਂ ਤੋਂ ਪਰੇ ਜਾ ਕੇ ਗੱਲ ਕਰਦੇ। ਦੇਖੋ ਸਿਰਸਾ ਸਾਹਿਬ ਦਾ ਤਾਂ ਇੱਕੋ ਕੰਮ ਹੈਗਾ ਕਿ ਉਹਨੇ ਆਪਣੇ ਆਕਾਵਾਂ ਨੂੰ ਕਿੱਦਾਂ ਖੁਸ਼ ਕਰਨਾ। ਮੈਂ ਪੁੱਛਣਾ ਚਾਹੁੰਦਾ ਵਾਂ ਕਿ ਅੱਜ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕੀ ਕਹਿੰਦੇ ਹਾਂ, ਗੁਜਰਾਤੀ ਨੇ, ਅਤੇ ਮੈਨੂੰ ਕੀ ਕਿਹਾ ਜਾਏਗਾ, ਮੈਂ ਪੰਜਾਬੀ ਹਾਂ। ਇਹਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਭਾਰਤੀ ਨਹੀਂ ਹਾਂ। ਗੁਜਰਾਤ ਕਿੱਥੇ ਹੈ? ਭਾਰਤ 'ਚ ਹੈ। ਪੰਜਾਬ ਕਿੱਥੇ ਹੈ? ਭਾਰਤ 'ਚ ਹੈ। ਇਸ ਕਰਕੇ ਬੇਲੋੜੀ ਕੰਟਰੋਵਰਸੀ ਕਰਨੀ, ਤੁਸੀਂ ਐਪਰੀਸ਼ੀਏਟ ਕਰੋ ਕਿ ਇੱਕ ਬੱਚਾ ਪੰਜਾਬ ਦਾ, ਇੱਕ ਬੱਚਾ ਜਿਹੜਾ ਹਿੰਦੁਸਤਾਨ ਦਾ, ਉਸਨੇ ਜਾ ਕੇ ਪੂਰਾ ਸਟੇਡੀਅਮ ਉਹਦੇ ਨਾਂ ਦੇ ਉੱਤੇ ਭਰ ਜਾਂਦਾ। ਦੁਨੀਆ 'ਚੋਂ ਅੱਜ ਪੰਜਾਬੀਅਤ ਦੀ ਚੜ੍ਹਦੀ ਕਲਾ ਕਰਦਾ ਪਿਆ। ਮੈਂ ਸਮਝਦਾ ਵਾਂ ਬੇਲੋੜੀ ਕੰਟਰੋਵਰਸੀ ਕਰਦੇ ਨੇ, ਗਲਤ ਕਰਦੇ ਨੇ, ਆਪਣੇ ਮਾਲਕਾਂ ਨੂੰ ਖੁਸ਼ ਕਰਨ ਦੀ ਗੱਲ ਕਰਦੇ ਨੇ, ਤੱਥਾਂ ਤੋਂ ਪਰੇ ਜਾ ਕੇ ਗੱਲ ਕਰਦੇ। ਦੇਖੋ ਸਿਰਸਾ ਸਾਹਿਬ ਦਾ ਤਾਂ ਇੱਕੋ ਕੰਮ ਹੈਗਾ ਕਿ ਉਹਨੇ ਆਪਣੇ ਆਕਾਵਾਂ ਨੂੰ ਕਿੱਦਾਂ ਖੁਸ਼ ਕਰਨਾ। ਮੈਂ ਪੁੱਛਣਾ ਚਾਹੁੰਦਾ ਵਾਂ ਕਿ ਅੱਜ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕੀ ਕਹਿੰਦੇ ਹਾਂ, ਗੁਜਰਾਤੀ ਨੇ, ਅਤੇ ਮੈਨੂੰ ਕੀ ਕਿਹਾ ਜਾਏਗਾ, ਮੈਂ ਪੰਜਾਬੀ ਹਾਂ। ਇਹਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਭਾਰਤੀ ਨਹੀਂ ਹਾਂ। ਗੁਜਰਾਤ ਕਿੱਥੇ ਹੈ? ਭਾਰਤ 'ਚ ਹੈ। ਪੰਜਾਬ ਕਿੱਥੇ ਹੈ? ਭਾਰਤ 'ਚ ਹੈ। ਇਸ ਕਰਕੇ ਬੇਲੋੜੀ ਕੰਟਰੋਵਰਸੀ ਕਰਨੀ, ਤੁਸੀਂ ਐਪਰੀਸ਼ੀਏਟ ਕਰੋ ਕਿ ਇੱਕ ਬੱਚਾ ਪੰਜਾਬ ਦਾ, ਇੱਕ ਬੱਚਾ ਜਿਹੜਾ ਹਿੰਦੁਸਤਾਨ ਦਾ, ਉਸਨੇ ਜਾ ਕੇ ਪੂਰਾ ਸਟੇਡੀਅਮ ਉਹਦੇ ਨਾਂ ਦੇ ਉੱਤੇ ਭਰ ਜਾਂਦਾ। ਦੁਨੀਆ 'ਚੋਂ ਅੱਜ ਪੰਜਾਬੀਅਤ ਦੀ ਚੜ੍ਹਦੀ ਕਲਾ ਕਰਦਾ ਪਿਆ। ਮੈਂ ਸਮਝਦਾ ਵਾਂ ਬੇਲੋੜੀ ਕੰਟਰੋਵਰਸੀ ਕਰਦੇ ਨੇ, ਗਲਤ ਕਰਦੇ ਨੇ, ਆਪਣੇ ਮਾਲਕਾਂ ਨੂੰ ਖੁਸ਼ ਕਰਨ ਦੀ ਗੱਲ ਕਰਦੇ ਨੇ, ਤੱਥਾਂ ਤੋਂ ਪਰੇ ਜਾ ਕੇ ਗੱਲ ਕਰਦੇ। ਦੇਖੋ ਸਿਰਸਾ ਸਾਹਿਬ ਦਾ ਤਾਂ ਇੱਕੋ ਕੰਮ ਹੈਗਾ ਕਿ ਉਹਨੇ ਆਪਣੇ ਆਕਾਵਾਂ ਨੂੰ ਕਿੱਦਾਂ ਖੁਸ਼ ਕਰਨਾ। ਮੈਂ ਪੁੱਛਣਾ ਚਾਹੁੰਦਾ ਵਾਂ ਕਿ ਅੱਜ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕੀ ਕਹਿੰਦੇ ਹਾਂ, ਗੁਜਰਾਤੀ ਨੇ, ਅਤੇ ਮੈਨੂੰ ਕੀ ਕਿਹਾ ਜਾਏਗਾ, ਮੈਂ ਪੰਜਾਬੀ ਹਾਂ। ਇਹਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਭਾਰਤੀ ਨਹੀਂ ਹਾਂ। ਗੁਜਰਾਤ ਕਿੱਥੇ ਹੈ? ਭਾਰਤ 'ਚ ਹੈ। ਪੰਜਾਬ ਕਿੱਥੇ ਹੈ? ਭਾਰਤ 'ਚ ਹੈ। ਇਸ ਕਰਕੇ ਬੇਲੋੜੀ ਕੰਟਰੋਵਰਸੀ ਕਰਨੀ, ਤੁਸੀਂ ਐਪਰੀਸ਼ੀਏਟ ਕਰੋ ਕਿ ਇੱਕ ਬੱਚਾ ਪੰਜਾਬ ਦਾ, ਇੱਕ ਬੱਚਾ ਜਿਹੜਾ ਹਿੰਦੁਸਤਾਨ ਦਾ, ਉਸਨੇ ਜਾ ਕੇ ਪੂਰਾ ਸਟੇਡੀਅਮ ਉਹਦੇ ਨਾਂ ਦੇ ਉੱਤੇ ਭਰ ਜਾਂਦਾ। ਦੁਨੀਆ 'ਚੋਂ ਅੱਜ ਪੰਜਾਬੀਅਤ ਦੀ ਚੜ੍ਹਦੀ ਕਲਾ ਕਰਦਾ ਪਿਆ। ਮੈਂ ਸਮਝਦਾ ਵਾਂ ਬੇਲੋੜੀ ਕੰਟਰੋਵਰਸੀ ਕਰਦੇ ਨੇ, ਗਲਤ ਕਰਦੇ ਨੇ, ਆਪਣੇ ਮਾਲਕਾਂ ਨੂੰ ਖੁਸ਼ ਕਰਨ ਦੀ ਗੱਲ ਕਰਦੇ ਨੇ, ਤੱਥਾਂ ਤੋਂ ਪਰੇ ਜਾ ਕੇ ਗੱਲ ਕਰਦੇ।